ਸਿੱਖਾਂ ਦੇ ਨਾਲ ਧੱਕਾ ਕਰਦੇ ਹੋਏ ਇਟਲੀ ਦੀ ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਕਿਰਪਾਨ ਧਾਰਨ ਕਰਨ ਤੇ ਲੱਗੀ ਪਾਬੰਦੀ ਜਾਰੀ ਰੱਖੀ। ਇਹ ਫੈਸਲਾ ਇੱਕ ਸਿੱਖ ਵਿਅਕਤੀ ਵੱਲੋਂ ਕੀਤੀ ਗਈ ਅਪੀਲ ਦੇ ਖਿਲਾਫ ਸੁਣਾਇਆ ਗਿਆ ਹੈ। ਅਦਾਲਤ ਨੇ ਕਿਹਾ ਕਿ ਜੋ ਲੋਕ ਇਟਲੀ ਦੇ ਵਿੱਚ ਰਹਿਣ ਦੀ ਚੋਣ ਕਰਦੇ ਨੇ ਉਹਨਾਂ ਨੂੰ ਹਥਿਆਰ ਧਾਰਨ ਕਰਨ ਦੀ ਪਾਬੰਦੀ ਦੀ ਪਾਲਣਾ ਕਰਨੀ ਚਾਹੀਦੀ ਹੈ, ਚਾਹੇ ਫਿਰ ਉਹ ਸਿੱਖਾਂ ਦੀ ਧਾਰਮਿਕ ਕਿਰਪਾਨ ਸ੍ਰੀ ਸਾਹਿਬ ਹੀ ਕਿਉਂ ਨਾ ਹੋਵੇ। ਅਦਾਲਤ ਨੇ ਮੰਨਿਆ ਕਿ ਬਹੁਤ ਧਰਮੀ ਸਮਾਜ ਦੇ ਵਿੱਚ ਵਿਭਿੰਨਤਾ ਜ਼ਰੂਰੀ ਹੈ, ਪਰ ਲੋਕਾਂ ਦੀ ਸੁਰੱਖਿਆ ਦੇ ਲਈ ਹਥਿਆਰ ਸੰਭਾਵਿਤ ਖਤਰਾ ਹੁੰਦੇ ਨੇ ਅਤੇ ਇਹਨਾਂ ਨੂੰ ਧਾਰਨ ਕਰਨਾ ਉਹਨਾਂ ਦੇ ਨਿੱਜੀ ਮੁੱਢਲੇ ਅਧਿਕਾਰਾਂ ਦੀ ਉਲੰਘਣਾ ਹੋਵੇਗਾ। ਇੱਥੇ ਦੱਸ ਦਈਏ ਕਿ ਉਕਤ ਫੈਸਲਾ ਸਿੱਖ ਨੌਜਵਾਨ ਵੱਲੋਂ ਜਨਤਕ ਥਾਂ ਤੇ ਕਿਰਪਾਨ ਪਹਿਨਣ ਦੇ ਮਾਮਲੇ ਵਿੱਚ ਸੁਣਾਇਆ ਗਿਆ ਹੈ। 6 ਮਾਰਚ 2013 ਨੂੰ ਉਕਤ ਸਿੱਖ ਨੌਜਵਾਨ ਨੇ 20 ਸੈਂਟੀਮੀਟਰ ਦੀ ਕਿਰਪਾਨ ਜਨਤਕ ਥਾਂ ਤੇ ਧਾਰਨ ਕੀਤੀ ਹੋਈ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਿੱਖ ਨੌਜਵਾਨ ਨੂੰ 2000 ਯੂਰੋ ਦਾ ਜੁਰਮਾਨਾ ਵੀ ਲਗਾਇਆ। ਸਿੱਖ ਵਿਅਕਤੀ ਨੇ ਆਖਿਆ ਕਿ ਇਹ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਜਿਵੇਂ ਕਿ ਦਸਤਾਰ ਹੈ, ਅਤੇ ਇਹ ਉਹਨਾਂ ਦਾ ਧਰਮ ਹੈ ਕਿ ਉਹ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਆਖਿਆ ਕਿ ਪ੍ਰਵਾਸੀਆਂ ਨੂੰ ਮੇਜ਼ਬਾਨ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।